ਤੁਸੀਂ ਚੱਕਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਵੱਡੀ ਖਬਰ ਵਿਕਰਮ ਮਜੀਠੀਆ ਦੀ ਬੇਲ ਨੂੰ ਲੈ ਕੇ ਵਿਕਰਮ ਮਜੀਠੀਆ ਦੀ ਐਫਆਈਆਰ ਨੂੰ ਲੈ ਕੇ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਜਿੱਥੇ ਇੱਕ ਪਾਸੇ ਅਦਾਲਤ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਕੇਸ ਉਧਰਲੇ ਪਾਸੇ ਲੱਗਾ ਹੋਇਆ ਅਗਾਉਂ ਜ਼ਮਾਨਤ ਅਰਜ਼ੀ ਦਾ ਤਾਂ ਦੂਜੇ ਪਾਸੇ ਚਰਨਜੀਤ ਚੰਨੀ ਨੇ ਵੱਡੇ ਇਲਜ਼ਾਮ ਲਗਾਏ ਨੇ ਕਿ ਲੁਧਿਆਣਾ ਦਾ ਜਿਹੜਾ ਬੰਬ ਬਲਾਸਟ ਹੋਇਆ ਹੈ ਜਾਂ ਫਿਰ ਬੇਅਦਬੀ ਦੇ ਜਿਹੜੇ ਮਾਮਲੇ ਨੇ ਉਹਨਾਂ ਨੂੰ ਲੈ ਕੇ ਅਕਾਲੀ ਦਲ ਘਿਰ ਰਿਹਾ ਹੈ ਜਿਸ ਦੇ ਚੱਲਦੇ ਲੁਧਿਆਣਾ ਦੀ ਘਟਨਾ ਵਾਪਰੀ ਹੈ ਇਹ ਐਲੀਗੇਸ਼ਨ ਚਰਨਜੀਤ ਚੰਨੀ ਦੇ ਵੱਲੋਂ ਲਗਾਏ ਗਏ ਨੇ ਕੀ ਕੁਝ ਕਿਹਾ ਪੰਜਾਬ ਦੇ ਮੁੱਖ ਮੰਤਰੀ ਨੇ ਦਿਖਾ ਦਿੰਨੇ ਆ ਤੁਹਾਨੂੰ ਸਰਕਾਰ ਹਰ ਟਾਈਮ ਇਸ ਗੱਲ ਵਿੱਚ ਲੱਗੀ ਹੋਈ ਹੈ ਸਾਡੀ ਪੁਲਿਸ ਜਿਸ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਹੈ ਉਹ ਸਖਸ਼ਮ ਹੈ ਹਰ ਕੁਝ ਕਰਨ ਦੇ ਲੇਕਿਨ ਇਹ ਕਿਹੜੀਆਂ ਏਜੰਸੀਆਂ ਹੈ ਜਿਹੜੀਆਂ ਪੰਜਾਬ ਨੂੰ ਡਿਸਟਰਬ ਕਰਨਾ ਚਾਹੁੰਦੀਆਂ ਜਾਂ ਪੰਜਾਬੀਆਂ ਨੂੰ ਡਰਾਉਣਾ ਚਾਹੁੰਦੀਆਂ ਜਾਂ ਆਉਣ ਵਾਲੇ ਸਮੇਂ 'ਚ ਡਰਾ ਕੇ ਵੋਟਾਂ ਲੈਣਾ ਚਾਹੁੰਦੀਆਂ ਉਹਦੇ ਬਾਰੇ ਬੜੀ ਛੇਤੀ ਖੁਲਾਸੇ ਹੋ ਜਾਣਗੇ ਜਾਂ ਕੋਈ ਆਪਣੇ ਆਪ ਨੂੰ ਬਚਾਉਣ ਨੂੰ ਜਾਂ ਆਪਣੇ ਪਰ ਕਾਰਵਾਈ ਕਰਕੇ ਕੁਛ ਕਰ ਰਿਹਾ ਇਹ ਸਾਰਾ ਕੁਛ ਕਲੀਅਰ ਹੋਏਗਾ ਉਹਦੇ ਵਾਸਤੇ ਸਾਡੀਆਂ ਏਜੰਸੀਆਂ ਲੱਗੀਆਂ ਹੋਈਆਂ ਸੋ ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਚੀਜ਼ਾਂ ਤੋਂ ਤੁਸੀਂ ਪੰਜਾਬੀ ਉਹ ਹੈ ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਆਜ਼ਾਦੀ ਲਈ ਹੈ ਕਈ ਵਾਰ ਲੜਾਈਆਂ ਲੜੀਆਂ ਉਹਨਾਂ ਵਿੱਚ ਵੀ ਸੁਰਖਰੂ ਹੋਏ ਹੈ ਅੱਤਵਾਦ ਦੇ ਸਮੇਂ 'ਚੋਂ ਵੀ ਲੰਘੇ ਹੈ ਇਹ ਆਪਣੇ ਵਾਸਤੇ ਕੋਈ ਬਹੁਤ ਬੜੀ ਗੱਲ ਨਹੀਂ ਹੈ ਲੇਕਿਨ ਇਹਨਾਂ ਗੱਲਾਂ ਨੂੰ ਕੰਟਰੋਲ ਕੀਤਾ ਜਾਏਗਾ ਕਿਸੇ ਤਰ੍ਹਾਂ ਵੀ ਅਮਨ ਸ਼ਾਂਤੀ ਭੰਗ ਨਹੀਂ ਹੋਣ ਦਿੱਤੀ ਜਾਏਗੀ ਕੋਈ ਵੀ ਬੰਦਾ ਜਿਹੜਾ ਗਲਤ ਕਰੇਗਾ ਉਸ ਨੂੰ ਅਸੀਂ ਤਕੜੇ ਹੱਥੀ ਟੱਕਰਾਂਗੇ ਸਾਡੇ ਹੱਥ ਮਜ਼ਬੂਤ ਹੈ ਪੰਜਾਬ ਦੇ ਹੱਥ ਮਜ਼ਬੂਤ ਹੈ ਅਤੇ ਪੰਜਾਬ ਮਜ਼ਬੂਤ ਰਹੇਗਾ ਇੱਕ ਬੰਦੇ ਦੀ ਟੋਟਲ ਕੁੱਲ ਜਿਹੜਾ ਹੈ ਜਿਹੜਾ ਕਿ ਲੱਗਦਾ ਹੈ ਕਿ ਉਹ ਬੰਬ ਨੂੰ ਹੀ ਓਪਰੇਟ ਕਰ ਰਿਹਾ ਸੀ ਉਸ ਦੀ ਹੀ ਡੈਥ ਹੋਈ ਹੈ ਉਸ ਤੋਂ ਇਲਾਵਾ 5 ਜਣੇ ਇੰਜਰਡ ਹੈ ਜਿਨ੍ਹਾਂ ਨੂੰ ਕੋਈ ਸੀਰੀਅਸ ਇੰਜਰੀ ਨਹੀਂ ਹੈ ਉਹ ਖਤਰੇ ਤੋਂ ਬਾਹਰ ਹੈ ਤੇ ਉਮੀਦ ਹੈ ਕਿ ਅੱਜ ਜਾਂ ਕੱਲ ਆਪਣੇ ਘਰ ਚਲੇ ਜਾਣਗੇ ਇੱਕ ਚੀਜ਼ ਕੋਈ ਹਮੇਸ਼ਾ ਕਿ ਅੱਜ ਦਾ ਦਿਨ ਕਿਉਂ ਟਾਰਗੇਟ ਹੋਇਆ ਅਗਰ ਆਤਮਘਾਤੀ ਹਮਲਾ ਤਾਂ ਅਗਰ ਵਧਾਈ ਹਮਲਾ ਤਾਂ ਬਹੁਤ ਵੱਡੀ ਸਾਜ਼ਿਸ਼ ਹੋ ਸਕਦੀ ਹੈ ਕਿ ਅੱਜ ਦਾ ਦਿਨ ਕੀ ਉੱਥੇ ਕੋਈ ਵੱਡੀ ਹੀਰਿੰਗ ਸੀ ਜਾਂ ਅੱਜ ਦਾ ਦਿਨ ਟਾਰਗੇਟ ਕਿਉਂ ਕੀਤਾ ਗਿਆ ਕੁਛ ਇੱਦਾਂ ਦੀ ਦੇਖੋ ਕਈ ਵਾਰ ਇੱਦਾਂ ਲੱਗਦਾ ਕਿ ਸ਼ਾਇਦ ਇਹ ਪੋਲੀਟੀਕਲ ਗੱਲ ਕਰਦੇ ਹਾਂ ਲੇਕਿਨ ਜਿਸ ਦਿਨ ਦੇ ਅਸੀਂ ਨਸ਼ਿਆਂ ਦੇ ਪਿੱਛੇ ਪਏ ਹੈ ਉਸ ਦਿਨ ਦੀਆਂ ਇੱਦਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਰਿਮੰਦਰ ਸਾਹਿਬ ਦੇ ਵਿੱਚ ਵੀ ਇੱਕ ਘਟਨਾ ਹੋਈ ਹੈ ਉਸ ਤੋਂ ਬਾਅਦ ਕਪੂਰਥਲਾ ਦੇ ਵਿੱਚ ਹੋਈ ਹੈ ਜਿਹੜੀ ਕਿ ਕਿਸੇ ਤਰ੍ਹਾਂ ਵੀ ਬੇਅਦਬੀ ਨਹੀਂ ਸੀ ਅਤੇ ਆਹ ਵੀ ਘਟਨਾ ਕਿਉਂਕਿ ਅੱਜ ਮੋਹਾਲੀ ਕੋਰਟ ਦੇ ਵਿੱਚ ਕੇਸ ਸੀ ਇੱਥੇ ਕੋਰਟ ਦੇ ਵਿੱਚ ਘਟਨਾ ਹੋ ਗਈ ਹੈ ਇਹ ਕਿਸ ਐਂਗਲ ਦੇ ਨਾਲ ਹੈ ਜਾਂ ਤਾਂ ਇਸ ਪਾਸੇ ਹੈ ਜਾਂ ਆਉਣ ਵਾਲੀਆਂ ਚੋਣਾਂ ਦੇ ਨਾਲ ਕੋਈ ਏਜੰਸੀਆਂ ਪੰਜਾਬ ਦੀ ਅਰਥ ਵਿਵਸਥਾ ਨੂੰ ਭੰਗ ਕਰਕੇ ਡਰਾ ਕੇ ਵੋਟਾਂ ਲੈਣੀਆਂ ਚਾਹੁੰਦੀਆਂ ਪੰਜਾਬ ਦੀਆਂ ਇਹ ਗੱਲਾਂ ਆਉਣ ਵਾਲੇ ਦਿਨਾਂ 'ਚ ਸਾਹਮਣੇ ਆਉਣਗੀਆਂ ਇਹ ਜਿਹੜੀਆਂ ਸਾਡੀਆਂ ਏਜੰਸੀਆਂ ਤਹਿਕੀਕਾਤ ਕਰ ਰਹੀਆਂ ਉਹਨਾਂ ਵੱਲੋਂ ਜਿਹੜੀਆਂ ਗੱਲਾਂ ਮੈਨੂੰ ਇਨਪੁੱਟ ਮਿਲੀ ਹੈ ਮੈਂ ਕੋਈ ਆਪਣੇ ਕੋਲ 'ਤੇ ਨਹੀਂ ਦੱਸ ਰਿਹਾ ਉਹਨਾਂ ਵੱਲੋਂ ਇਨਪੁੱਟ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਹੋ ਸਕਦੀਆਂ ਕਿ ਚੋਣਾਂ ਨੂੰ ਦੇਖ ਕੇ ਹੋ ਸਕਦਾ ਪੰਜਾਬੀਆਂ ਨੂੰ ਡਰਾਉਣ ਦੀ ਕੋਸ਼ਿਸ਼ ਹੋ ਸਕਦੀ ਜਾਂ ਨਸ਼ੇ ਦੇ ਸੌਦਾਗਰਾਂ ਦਾ ਹੋ ਸਕਦਾ ਕਿਆ ਹੋਏਗਾ ਇਹ ਆਉਣ ਵਾਲੇ ਦਿਨਾਂ ਸਾਹਮਣੇ ਇਹਦੇ ਵਿੱਚ ਇਹ ਹੈ ਕਿ SGPC ਨੇ ਇੱਕ ਆਪਣੀ ਸਿੱਟ ਬਣਾਤੀ ਹੈ ਉਹਨਾਂ ਨੇ ਆਪ ਤਹਿਕੀਕਾਤ ਕਰਨੀ ਸ਼ੁਰੂ ਕਰ ਦਿੱਤੀ ਹੈ ਅਸੀਂ ਕਿਸੇ ਤਰ੍ਹਾਂ ਵੀ ਧਰਮ ਦੇ ਵਿੱਚ ਇੰਟਰਫੇਅਰ ਨਹੀਂ ਕਰਨਾ ਚਾਹੁੰਦੇ ਹਰਿਮੰਦਰ ਸਾਹਿਬ ਦਾ ਕੰਮ ਹੈ SGPC ਨੇ ਜਿਹੜੀ ਸਿੱਟ ਬਣਾਈ ਉਹਨਾਂ ਦੀ ਰਿਪੋਰਟ ਆ ਜਾਏ ਉਸ ਤੋਂ ਬਾਅਦ ਅਸੀਂ ਆਪਣੀ ਜਿਹੜੀ ਸਰਕਾਰੀ ਕਾਰਵਾਈ ਹੈ ਉਹ ਕਰਾਂਗੇ ਕਪੂਰਥਲਾ ਮਾਮਲੇ ਦੇ ਵਿੱਚ ਕੋਈ ਤੁਹਾਨੂੰ ਸ਼ੱਕ ਜਿਸ ਤਰ੍ਹਾਂ ਹੋਣੇ ਤੁਸੀਂ ਕਿਹਾ ਕਿ ਬੇਅਦਬੀ ਨਹੀਂ ਹੋਈ ਤੇ ਤਾਂ ਇਹਦੇ ਵਿੱਚ ਮੈਂ ਕੋਈ ਵੀ ਗੱਲ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦਾ ਤਹਿਕੀਕਾਤ ਚੱਲ ਰਹੀ ਹੈ ਜਿਹੜੇ ਦੋਸ਼ੀ ਹੈ ਜਿਸ ਤਰ੍ਹਾਂ ਦੇ ਵੀ ਉਹ ਦੋਸ਼ੀ ਹੈ ਉਸ ਤਰ੍ਹਾਂ ਦੀ ਸਜ਼ਾ ਉਹਨੂੰ ਬੜੀ ਛੇਤੀ ਅਸੀਂ ਲੱਗੇ ਹੋਏ ਹੈ ਸਾਰੀਆਂ ਏਜੰਸੀਆਂ ਇਸ 'ਤੇ ਲੱਗ ਗਈਆਂ ਹੈ ਮੈਂ ਆਪ ਆਇਆ ਹੈ ਸਾਡੇ ਹੋਮ ਮਿਨਿਸਟਰ ਖੜ੍ਹੇ ਹੈ ਸਾਡੇ ਇੱਥੋਂ ਦੇ ਮੰਤਰੀ ਖੜ੍ਹੇ ਸਾਰੇ MLA ਸਾਹਿਬਾਨ ਖੜ੍ਹੇ ਹੈ ਪੂਰੀ ਸਰਕਾਰ ਇਸ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਇੱਥੇ ਪਹੁੰਚੀ ਹੋਈ ਹੈ ਅਤੇ ਅਸੀਂ ਇਹਦੀ ਪੂਰੀ ਤਹਿਕੀਕਾਤ ਕਰਾਂਗੇ ਸਾਨੂੰ ਹੋਰ ਕੋਈ ਕੰਮ ਨਹੀਂ ਹੈ ਅਸੀਂ ਪੰਜਾਬ ਨੂੰ ਇੱਕ ਸੁਰੱਖਿਅਤ ਸਟੇਟ ਦੇ ਵਿੱਚ ਰੱਖਣਾ ਹੈ ਹਰ ਬੰਦੇ ਨੂੰ ਸੁਰੱਖਿਅਤ ਰੱਖਣਾ ਇਹ ਸਾਡੀ ਜ਼ਿੰਮੇਵਾਰੀ ਹੈ ਅਤੇ ਅਸੀਂ ਕਰਾਂਗੇ ਚਮਤਕਾਰ ਹੁੰਦੇ ਨੇ ਦੇਖੋ ਆਪਣੀਆਂ ਅੱਖਾਂ ਸਾਹਮਣੇ 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ 7 ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ
पति पत्नी चनबन, काले जादू का खात्मा, बीमारी दवा ना लगना, वशीकरण करवाओ, जिसनू चाहे उसनू अपने वस च करो, लाटरी नंबर पाओ भावें 649 होवे जां लोटोमैक्स। धोखेबाज प्रेमी प्रेमिका सौतन दुश्मन नू अपनियां अखां सामने तड़फदा वेखो। 7082844950